ਹੈਲੋ ਐਵਰੀਵਨ, ਮੈਂ ਮੋਲ ਅਰੋੜਾ, ਟੈਡ ਬਜ਼ਰ ਅਕੈਡਮੀ ਅਬੋਹਰ ਪੰਜਾਬ ਦੇ ਸੋਨ ਪਲੇਟਫਾਰਮ ਤੇ ਤੁਹਾਡਾ ਸਭ ਦਾ ਅੱਜ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਕਰਦਾ। ਗਾਇਸ, ਗਾਇਸ, ETT 5994 ਦੇ ਲਈ ਜਿਹੜੀਆਂ ਓਬਜੈਕਸ਼ਨਸ ਹੈ, ਸਟੂਡੈਂਟਸ ਦੀ ਲਗਾਤਾਰ ਕੁਐਰੀ ਸੀਗੀ ਕਿ ਕੋਈ ਨਾ ਕੋਈ ਔਥੈਂਟਿਕ ਓਬਜੈਕਸ਼ਨ ਦਿੱਤੀਆਂ ਜਾਣ ਤੇ ਜੇ ਓਬਜੈਕਸ਼ਨ ਹੈ ਤਾਂ ਉਹਨਾਂ ਦੇ ਪਰੂਫ ਦਿੱਤੇ ਜਾਣ। ਤਾਂ ਗਾਇਸ, ਇੱਥੇ ਮੈਂ ਜ਼ਰਾ ਜਿਹੜੇ ਕੁਐਸਚਨਸ ਦਾ ਲਗਾਤਾਰ ਕੋਈ ਡਾਊਟ ਹੈ ਤਾਂ ਉਹ ਵੀ ਮੈਂ ਤੁਹਾਡੇ ਨਾਲ ਡਿਸਕਸ ਕਰ ਦੇਣਾ, ਬਸ ਟੂ ਦਾ ਪੁਆਇੰਟ ਰਹਿ ਕੇ ਗੱਲਬਾਤ ਕਰਾਂਗੇ। ਇਸ ਐਂਡ ਇਸ ਵੀਡੀਓ ਨੂੰ ਤੁਸੀਂ ਆਪਣੇ ਫਰੈਂਡਸ ਤੱਕ ਵੇਖ ਕੇ ਸ਼ੇਅਰ ਕਰ ਸਕਦੇ ਹੋ। ਇਹ ਕੁਐਸਚਨ ਜਿਹੜਾ ਕਿ ਡੇ 1 ਤੋਂ ਹੀ ਮੈਂ ਤੁਹਾਨੂੰ ਦੱਸ ਦਿੱਤਾ ਸੀ, ਜਿਹਦੇ ਵਿੱਚ ਇੱਕ ਐਰੋ ਕੱਟ ਸੀਗਾ, ਇਹ ਕੁਐਸਚਨ ਜਿਹੜਾ ਕਿ ਤੁਹਾਡੇ ਸੀਗਾ ਸਾਇੰਸ ਦਾ ਇੱਕ ਕੁਐਸਚਨ, ਇੱਕ ਰਿਐਕਸ਼ਨ ਦਿਖਾਈ ਗਈ ਸੀਗੀ ਐਂਡ ਜਿਹਦੇ ਵਿੱਚ ਇੱਕ ਪ੍ਰੋਬਲਮ ਆਈ ਸੀਗੀ ਸਾਨੂੰ, ਉਹ ਚੀਜ਼ ਅਸੀਂ ਦੇਖੀ ਸੀ। ਗਾਇਸ, ਇਸਦਾ ਬੋਰਡ ਨੇ ਆਲਰੇਡੀ ਸਾਨੂੰ ਗ੍ਰੇਸ ਮਾਰਕਸ ਦੇ ਦਿੱਤਾ ਹੈ, ਜਿੰਨਾ ਕਿ ਤੁਹਾਨੂੰ ਸਭ ਨੂੰ ਆਲਰੇਡੀ ਪਤਾ ਹੋਊਗਾ। ਮੈਥਮੈਟਿਕਸ ਦੇ 3 ਕੁਐਸਚਨ, ਜਿਹਦੇ ਵਿੱਚੋਂ 2 ਮਾਰਕਸ ਦਾ ਗ੍ਰੇਸ, 2 ਕੁਐਸਚਨ ਦੇ ਜਿਹੜੇ ਹੈਗੇ ਗ੍ਰੇਸ ਮਾਰਕਸ, ਉਹ ਤੁਹਾਨੂੰ ਪਹਿਲਾਂ ਹੀ ਰਿਤਿਕਾ ਮੈਮ ਇਨਫੋਰਮ ਕਰ ਚੁੱਕੇ ਸੀਗੇ, ਰਾਈਟ ਵੀ ਹੈ। ਸੋ ਇਹ 29 ਨੰਬਰ ਕੁਐਸਚਨ ਉਸ ਸੈੱਟ ਦਾ ਹੈ ਜਿਸ ਦੇ ਵਿੱਚ ਇਹ ਵੀ ਗ੍ਰੇਸ ਜਿਹੜੀ ਹੈਗੀ ਹੈ ਉਹ ਬੋਰਡ ਨੇ ਆਲਰੇਡੀ ਦੇ ਦਿੱਤਾ ਹੈ। ਐਂਡ ਮੈਂ ਸਹੀ ਦੱਸਾਂ ਤਾਂ ਜੋ ਮੈਨੂੰ ਆਲ ਓਵਰ ਦੇਖਣ ਨੂੰ ਮਿਲਿਆ ਹਾਲੇ ਤੱਕ, ਜੋ ਮੈਂ ਦੇਖਿਆ, ਚਾਹੇ ਤੁਸੀਂ ਇੱਕੋ ਜੀਓ ਥਰਮਲ ਐਨਰਜੀ ਵਾਲਾ ਕੁਐਸਚਨ ਕਹਿ ਰਹੇ ਹੋ, ਗਾਇਸ ਮੇਰੀ ਤਰਫ ਤੋਂ ਉਹ ਨਾ ਤਾਂ ਪਹਿਲੇ ਦਿਨ ਓਬਜੈਕਸ਼ਨੇਬਲ ਸੀਗਾ ਨਾ ਹੀ ਅੱਜ ਹੈ, ਰਾਈਟ। ਅਗਰ ਓਬਜੈਕਸ਼ਨੇਬਲ ਹੁੰਦਾ ਤਾਂ ਮੈਂ ਜ਼ਰੂਰ ਦੱਸਦਾ ਕਿ ਇਹਦੇ ਤੇ ਓਬਜੈਕਸ਼ਨ ਬਣ ਸਕਦੀ ਹੈ, ਤਾਂ ਅਕੋਰਡਿੰਗ ਟੂ ਮੀ ਇਸ ਤੇ ਓਬਜੈਕਸ਼ਨ ਨਹੀਂ ਬਣ ਸਕਦੀ ਹੈ। ਰੀਜ਼ਨ ਕੀ ਹੈ? ਆਪਣੇ ਕੋਲ ਆਪਸ਼ਨ ਨੰਬਰ ਡੀ ਦੀ ਜਗ੍ਹਾ ਤੇ ਬੀ ਆਪਸ਼ਨ ਜ਼ਿਆਦਾ ਰਿਲਾਈਏਬਲ ਹੈ ਕਿਉਂਕਿ ਕੰਟੀਨਿਊਅਲ ਟਰਮ ਹੈ। ਸੋ ਮੈਂ ਇਹ ਨਹੀਂ ਕਹਿ ਰਿਹਾ ਕਿ ਡੀ ਜਿਹੜਾ ਹੈਗਾ ਤੁਸੀਂ ਇਗਨੋਰ ਕਰ ਸਕਦੇ ਹੋ, ਹਾਂ ਇਹਨਾਂ ਦੇ ਵਿੱਚੋਂ ਬੈਸਟ ਆਪਸ਼ਨ ਨੰਬਰ ਬੀ ਹੈ। ਸੈਕੰਡਰੀ ਆਪਸ਼ਨ ਤੁਸੀਂ ਇੱਥੇ ਨੰਬਰ 2 ਮਤਲਬ ਜਿਹੜਾ ਦੂਸਰੇ ਤਰਫ ਤੋਂ ਤੁਸੀਂ ਦੇਖ ਸਕਦੇ ਹੋ ਕਿਉਂਕਿ ਕੰਟੀਨਿਊਅਲ ਕਿਧਰੇ ਨਾ ਕਿਧਰੇ ਉੱਧਰ ਤੁਹਾਨੂੰ ਇਸ਼ਾਰਾ ਕਰ ਸਕਦਾ ਹੈ, ਤਾਂ ਠੀਕ ਹੈ, ਇਸ ਦੇ ਲਈ ਤੁਸੀਂ ਆਪਸ਼ਨ ਨੰਬਰ ਡੀ ਦੇ ਲਈ ਇੱਕ ਚਾਂਸ ਲੈ ਸਕਦੇ ਹੋ। ਇਸ ਤੋਂ ਜ਼ਿਆਦਾ ਮੇਰੀ ਤਰਫ ਤੋਂ ਕੁਝ ਕਿਹਾ ਨਹੀਂ ਜਾ ਸਕਦਾ ਇਸ ਮਾਮਲੇ ਵਿੱਚ। ਹਾਂ, ਅਗਰ ਤੁਸੀਂ ਇਹ ਅਸਿਊਮ ਕਰਦੇ ਹੋ ਕਿ ਮੇਰੇ ਧਿਆਨ ਵਿੱਚ ਕੋਈ ਕੁਐਸਚਨ ਨਹੀਂ ਆਇਆ ਹੈ ਬਟ ਤੁਹਾਨੂੰ ਲੱਗਦਾ ਹੈ ਕਿ ਓਬਜੈਕਸ਼ਨੇਬਲ ਹੈ, ਤਾਂ ਗਾਇਸ ਇੱਕ ਕੰਮ ਕਰ ਸਕਦੇ ਹੋ, ਇਹ ਨੰਬਰ ਤੁਹਾਡੇ ਸਾਹਮਣੇ ਹੈ 9710505500, ਇਸ ਤੇ ਸਿਰਫ ਤੁਸੀਂ ਉਹ ਕੁਐਸਚਨ ਨੂੰ ਵਟਸਐਪ ਕਰ ਦੇਣਾ, ਮੈਂ ਹੋਰ ਉਹਨੂੰ ਕ੍ਰੋਸ ਚੈੱਕ ਕਰਨ ਦੀ ਕੋਸ਼ਿਸ਼ ਕਰੂੰਗਾ, ਜਿਵੇਂ ਵੀ ਉਹ ਪਾਏਗਾ ਤੁਹਾਨੂੰ ਮੈਂ ਜਲਦੀ ਤੋਂ ਜਲਦੀ ਰਿਪਲਾਈ ਦੇਣ ਦੀ ਕੋਸ਼ਿਸ਼ ਕਰੂੰਗਾ। ਅੱਜ ਵੀ ਮਾਰਨਿੰਗ ਦਾ ਮੈਂ ਇਹੀ ਦੇਖਣ ਦੀ ਕੋਸ਼ਿਸ਼ ਕਰ ਰਿਹਾ ਕਿ ਕੋਈ ਓਬਜੈਕਸ਼ਨੇਬਲ ਕੁਐਸਚਨ ਓਥੈਂਟਿਕ ਮੈਨੂੰ ਮਿਲ ਪਾਏ, ਟੀਮ ਦੀ ਹੈਲਪਲਾਈਨ ਤੋਂ ਬਾਅਦ ਵੀ ਮੈਨੂੰ ਨਹੀਂ ਮਿਲ ਪਾਇਆ ਹੈ। ਸੋ ਮੇਰੇ ਅਕੋਰਡਿੰਗ ਇੱਕ ਓਥੈਂਟਿਕ ਆਨਸਰ ਕੀ ਆਲਰੇਡੀ ਆਪਣੇ ਸਾਹਮਣੇ ਹੈ ਐਂਡ ਬਸ ਤੁਹਾਨੂੰ ਰਿਜ਼ਲਟ ਦੀ ਵੇਟ ਕਰਨੀ ਚਾਹੀਦੀ ਹੈ। ਸੁਣਨ ਨੂੰ ਇਹ ਵੀ ਮਿਲ ਰਿਹਾ ਹੈ ਕਿ ਬਹੁਤ ਜਲਦੀ ETT 5994 ਵੀ ਕੰਪਲੀਟ ਹੋਏਗੀ, ਤਾਂ ਬਹੁਤ ਬਹੁਤ ਮੁਬਾਰਕਾਂ ਉਹਨਾਂ ਸਭ ਕੈਂਡੀਡੇਟਸ ਨੂੰ ਜਿਨ੍ਹਾਂ ਦੇ ਸਪੈਸ਼ਲੀ 128 ਤੋਂ ਉੱਪਰ ਮਾਰਕਸ ਹੈ, ਤਾਂ ਪੇਪਰ ਬੀ ਦੇ ਵਿੱਚੋਂ 128 ਮਾਰਕਸ ਕਾਫੀ ਵਧੀਆ ਸਕੋਰ ਹੈ। ਅਦਰ ਕੈਟਾਗਰੀਜ਼ ਵਾਲਿਆਂ ਦੇ ਲਈ ਡਾਊਨ ਜਾਏਗਾ ਕੰਮ, ਮੈਂ ਆਲਰੇਡੀ ਕਹਿ ਚੁੱਕਿਆ ਹਾਂ, SC BC SC R&O SC M&B ਫਰੀਡਮ ਫਾਈਟਰ ਜਾਂ ਫਿਰ ਸਪੋਰਟਸ ਕੋਟਾ, ਇਹ ਸਾਰੇ ਦਾ ਸਾਰਾ ਐਗਜੈਕਟਲੀ ਕੀ ਹੋ ਪਾਏਗਾ ਇਸ ਦਾ ਡਿਸੀਜਨ ਬੋਰਡ ਹੀ ਲਏਗਾ। ਆਪਾਂ ਨੂੰ ਵੇਟ ਕਰਨੀ ਚਾਹੀਦੀ ਹੈ, ਨਾ ਹੀ ਤੁਹਾਨੂੰ ਜ਼ਰੂਰ ਪੁੱਛਣਾ ਚਾਹੀਦਾ ਹੈ। ਪੰਜਾਬ ਪੁਲਿਸ, ਪੰਜਾਬ ਪਟਵਾਰੀ ਜਿਸਦਾ ਪੇਪਰ 14 ਮਈ ਨੂੰ ਫਿਕਸ ਕਰ ਦਿੱਤਾ ਗਿਆ ਹੈ ਟੈਂਟੇਟਿਵ ਦੇ ਤੌਰ ਤੇ, ਸੋ ਵੇਟ ਕਰਨੀ ਚਾਹੀਦੀ ਹੈ ਤੁਹਾਨੂੰ ਹਰ ਇੱਕ ਚੀਜ਼ ਦੇ ਲਈ। ਬਾਕੀ ਆਰਟ ਐਂਡ ਕਰਾਫਟ ਦੀ ਕੋਚਿੰਗ ਦੇ ਲਈ ETT 5994 ਤੋਂ ਬਾਅਦ ETT ਕੈਡਰ ਦੀ ਅਗਲੀ ਕੋਚਿੰਗ ਦੇ ਲਈ ਤੁਸੀਂ ਜੁਆਇਨ ਕਰ ਸਕਦੇ ਹੋ, ਬੈਚਿਸ ਆਪਣੇ ਸਟਾਰਟ ਹੋ ਗਏ ਆ PS 1 ਜਾਂ 2 ਦੇ ਲਈ। NTT 8893 ਵਰਤ ਦੇ ਲਈ ਮਾਸਟਰ ਕੈਡਰ, ਲੈਕਚਰਰ ਕੈਡਰ ਲਈ, ਪੰਜਾਬ ਪੁਲਿਸ, PSSP ਜੋਬਸ, ਅਲੱਗ ਅਲੱਗ ਤਰ੍ਹਾਂ ਦੀ ਜੋਬਸ ਦੇ ਲਈ ਆਨਲਾਈਨ ਕੋਚਿੰਗ ਦੇ ਲਈ ਤੁਸੀਂ ਕੰਟੈਕਟ ਕਰ ਸਕਦੇ ਹੋ ਆਪਣੇ ਨੰਬਰ ਤੇ
ਫ੍ਰੀ ਵਟਸਐਪ ਗਰੁੱਪ ਦਾ ਹਿੱਸਾ ਨਹੀਂ ਬਣਿਓ ਅੱਗੇ ਦੀ ਅਪਡੇਟਸ ਲੈਣ ਦੇ ਲਈ ਤਾਂ ਜ਼ਰੂਰ ਤੋਂ ਬਣੋ, ਜਿਸ ਦੇ ਲਈ ਬਸ ਆਪਣਾ ਨਾਮ ਲਿਖਣਾ ਹੈ, ਪੇਪਰ ਜਿਸ ਦੇ ਲਈ ਕਰ ਰਹੇ ਹੋ ਤਿਆਰੀ, ਸ਼ਹਿਰ ਜਿੱਥੋਂ ਬਿਲੋਂਗ ਕਰਦੇ ਹੋ, ਮੇਲ ਹੋ ਜਾਂ ਫੀਮੇਲ ਹੋ, ਦਿੱਤੀ ਗਈ ਜਾਣਕਾਰੀ ਨੂੰ ਦਿੱਤੇ ਗਏ ਨੰਬਰ ਤੇ ਵਟਸਐਪ ਕਰ ਦੇਣਾ। ਬਾਕੀ ਗਾਇਸ ਤੁਹਾਨੂੰ ਲੱਗਦਾ ਹੈ ਕਿ ਅਗਰ ਕੋਈ ਕੁਐਸਚਨ ਰਹਿ ਗਿਆ ਹੈ ਜੋ ਮੇਰੇ ਧਿਆਨ ਵਿੱਚ ਨਹੀਂ ਆ ਪਾਇਆ ਤਾਂ ਪਲੀਜ਼ ਤੁਸੀਂ ਆਪਣਾ ਆਨਸਰ ਕਮੈਂਟ ਬਾਕਸ ਵਿੱਚ ਵੀ ਕਰ ਸਕਦੇ ਹੋ, ਆਪਣਾ ਕੁਐਸਚਨ ਆਸਕ ਕਰ ਸਕਦੇ ਹੋ ਤੇ ਬਾਕੀ ਵੀ, ਐਂਡ ਆਪਣੇ ਫਰੈਂਡ ਤੱਕ ਵੀਡੀਓ ਜ਼ਰੂਰ ਤੋਂ ਸ਼ੇਅਰ ਕਰ ਦੇਣਾ ਜੋ ਕਿ ਓਬਜੈਕਸ਼ਨਸ ਦੇ ਰਿਗਾਰਡਿੰਗ ਡਾਊਟਫੁਲ ਹੈਗੀ ਹੈ। ਓਕੇ ਜੀ, ਗੁੱਡ ਬਾਏ।